ਆ ਗੋਲੀ ਵੀ ਸਮੈਕ ਚਿੱਟੇ ਵਰਗਾ ਹੀ ਉਹਨੂੰ ਆਨੰਦ ਦਿੰਦੀ ਆ। ਇਹ ਗੋਲੀ ਜੇ ਵੱਧ ਮਾਤਰਾ 'ਚ ਵੀ ਮਰੀਜ਼ ਤੋਂ ਖਾ ਲਈ ਜਾਵੇ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ। ਚਾਹ ਕੇ ਵੀ ਲਊਗਾ, ਚਿੱਟੇ ਦਾ ਸੇਵਨ ਕਰੂਗਾ, ਪਹਿਲੀ ਤਾਂ ਗੱਲ ਉਹਨੂੰ ਉਹ ਮਜ਼ਾ ਨਹੀਂ ਆਊਗਾ ਅਤੇ ਨਾ ਹੀ ਉਹ ਚਿੱਟਾ ਨਸ਼ਾ ਉਹਦੇ 'ਤੇ ਕੰਮ ਕਰੂਗਾ ਅਤੇ ਉਲਟਾ ਉਹ ਮਰੀਜ਼ ਬਿਮਾਰ ਪੈ ਜੂਗਾ। ਘਬਰਾਹਟ, ਬੇਚੈਨੀ, ਪਸੀਨੇ, ਮਤਲਬ ਉਲਟੀਆਂ ਆਉਣੀਆਂ, ਫਿਰ ਉਹਨੂੰ ਟੱਟੀਆਂ ਉਲਟੀਆਂ ਤਾਂ ਲੱਗ ਹੀ ਜਾਂਦੀਆਂ, ਡਾਇਰੀਆ ਹੋ ਜਾਂਦਾ, ਹੈ ਨਾ। ਸੋ ਮਰੀਜ਼ ਫਿਰ ਨਾ ਚਾਹ ਕੇ ਵੀ ਉਹਨੂੰ ਲੈਣਾ ਪੈਂਦਾ ਨਸ਼ਾ ਦੁਬਾਰਾ, ਨਾ ਤਾਂ ਉਹਨੂੰ ਕੋਈ ਪਰੇਸ਼ਾਨੀ ਆਵੇ, ਉਹਨੂੰ ਤਕਲੀਫ ਹੋਵੇ ਤੋੜ ਲੱਗੇ, ਅਤੇ ਨਾ ਹੀ ਉਹਨੂੰ ਇੰਨਾ ਜ਼ਿਆਦਾ ਦਿੰਦੇ ਹਾਂ ਵੀ ਮਤਲਬ ਡੋਜ਼ ਉੱਪਰ ਹੋ ਜਾਵੇ। ਉਹਨੂੰ ਇੱਕ ਲਿਮਿਟ 'ਚ ਦਵਾਈ ਦਿੱਤੀ ਜਾਂਦੀ, ਹੌਲੀ 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 ਇਹ ਦਵਾਈ ਦੀ ਡੋਜ਼ ਘਟਾਈ ਜਾਂਦੀ ਆ। ਸਤਿ ਸ਼੍ਰੀ ਅਕਾਲ, RMB ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ, ਮੈਂ ਹਾਂ ਜਸ ਗਰੇਵਾਲ। ਪੰਜਾਬ ਦੇ ਵਿੱਚ ਨਸ਼ਿਆਂ ਦਾ ਦਰਿਆ ਵਗ ਰਿਹਾ, ਕਹਿੰਦੇ ਪੰਜਾਬ ਦੀ ਜਵਾਨੀ ਜਿਹੜੀ ਆ ਨਸ਼ਿਆਂ ਦੇ ਵਿੱਚ ਗੁਲਤਾਨ ਹੁੰਦੀ ਜਾ ਰਹੀ ਆ। ਹਾਲਾਂਕਿ ਪੰਜਾਬ ਦੇ ਨੌਜਵਾਨ ਜਿਹੜੇ ਆ ਉਹ ਚਾਹੁੰਦੇ ਆ ਕਿ ਅਸੀਂ ਇਸ ਤੋਂ ਬਾਹਰ ਆਇਆ ਜਾਵੇ, ਜਦੋਂ ਲੰਬਾ ਸਮਾਂ ਇਸ ਦੇ ਵਿੱਚ ਰਹਿੰਦੇ ਆ ਤਾਂ ਉਸ ਤੋਂ ਬਾਅਦ ਸੋਚਦੇ ਆ ਕਿ ਯਾਰ ਕਿਹੜੇ ਰਾਹੀਂ ਪੈ ਗਏ, ਕਿਹੜੀ ਦਲਦਲ ਦੇ ਵਿੱਚ ਫਸ ਰਹੇ ਹਾਂ, ਇਸ ਤੋਂ ਬਾਹਰ ਆਇਆ ਜਾਵੇ। ਪਰ ਬਾਹਰ ਆਉਣ ਦਾ ਤਰੀਕਾ ਕਿਹੜਾ ਆ? ਕਿਉਂਕਿ ਅਸੀਂ ਅਕਸਰ ਸੁਣਦੇ ਹਾਂ ਕਿ ਬਾਹਰ ਆਉਣ ਦਾ ਤਰੀਕਾ ਜਾਂ ਤਾਂ ਤੁਸੀਂ ਮੈਂਟਲੀ ਤੌਰ 'ਤੇ ਇੰਨੇ ਸਟਰੋਂਗ ਹੋਵੋ, ਅਤੇ ਕਹਿੰਦੇ ਨੇ ਕਿ ਦਵਾਈ ਕੋਈ ਬਣੀ ਨਹੀਂ। ਪਰ ਕਈ ਵਾਰੀ ਸੁਣਦੇ ਹਾਂ ਕਿ ਜੇਕਰ ਜੀਭ ਵਾਲੀ ਗੋਲੀ ਦਿੱਤੀ ਜਾਂਦੀ ਹੈ ਡਾਕਟਰਾਂ ਵੱਲੋਂ ਜਿਹੜੀ, ਤਾਂ ਉਹ ਚਿੱਟੇ ਤੋਂ ਛੁਡਾ ਕੇ ਜੀਭ ਵਾਲੀ ਗੋਲੀ 'ਤੇ ਲਾ ਦਿੱਤਾ ਜਾਂਦਾ, ਅਤੇ ਇਹ ਵੀ ਆਖਦੇ ਆ ਕਿ ਚਿੱਟੇ ਨਾਲੋਂ ਵੀ ਘਾਤਕ ਉਹ ਗੋਲੀ ਆ। ਪਰ ਅੱਜ ਦੇ ਐਪੀਸੋਡ ਦੇ ਵਿੱਚ ਇਸ ਦੇ ਬਾਰੇ ਗੱਲਬਾਤ ਕਰਾਂਗੇ ਕਿ ਇਹ ਜੇਕਰ ਚਿੱਟਾ ਛੱਡਿਆ ਜਾ ਸਕਦਾ, ਇਸ ਗੋਲੀ ਦੇ ਨਾਲ ਛੱਡਿਆ ਜਾ ਸਕਦਾ, ਜਿਸ ਤਰ੍ਹਾਂ ਦੇ ਨਾਲ ਲੋਕ ਕਹਿੰਦੇ ਆ ਜਾਂ ਖਾਸ ਕਰਕੇ ਜੋ ਨਸ਼ੇ ਦੇ ਵਿੱਚੋਂ ਬਾਹਰ ਆਏ ਹੁੰਦੇ ਉਹ ਆਖਦੇ ਆ ਕਿ ਇਹ ਗੋਲੀ ਜਿਹੜੀ ਆ ਚਿੱਟੇ ਤੋਂ ਵੀ ਘਾਤਕ ਆ, ਇਸ ਦੇ ਵਿੱਚ ਕਿੰਨੀ ਕੁ ਸੱਚਾਈ ਹੈ, ਇਸ ਦੇ ਬਾਰੇ ਗੱਲਬਾਤ ਕਰਾਂਗੇ। ਮੇਰੇ ਨਾਲ ਡਾਕਟਰ ਹਰਮਨ ਹੋਣਗੇ, ਸਭ ਤੋਂ ਪਹਿਲਾਂ ਬਾਈ ਦਾ ਸਵਾਗਤ ਕਰ ਲੈਂਦੇ, ਉਸ ਤੋਂ ਬਾਅਦ ਅਗਲੀ ਗੱਲ ਵੱਲ ਵਧਾਂਗੇ। ਹਰਮਨ ਬਾਈ, ਸਵਾਗਤ ਹੈ ਤੁਹਾਡਾ। ਹਾਂਜੀ, ਧੰਨਵਾਦ ਜੀ, ਠੀਕ ਠਾਕ ਹੋ? ਹਾਂਜੀ, ਵਧੀਆ ਜੀ। ਅੱਛਾ, ਜਿਸ ਤਰ੍ਹਾਂ ਦੇ ਨਾਲ ਨਸ਼ੇ ਦੀ ਜੇ ਆਪਾਂ ਗੱਲ ਕਰੀਏ, ਹੈ ਨਾ, ਪੰਜਾਬ ਦੇ ਵਿੱਚ ਬੜਾ ਆ, ਨੌਜਵਾਨ ਚਾਹੁੰਦੇ ਵੀ ਆ ਕਿ ਅਸੀਂ ਉਹਨੂੰ ਛੱਡੀਏ, ਇਸ ਚੀਜ਼ ਦੇ ਵਿੱਚੋਂ ਬਾਹਰ ਆਈਏ, ਤਾਂ ਕਹਿੰਦੇ ਆ ਕਿ ਜਿਹੜੇ ਡਾਕਟਰ ਗੋਲੀ ਦਿੰਦੇ ਆ ਇੱਕ, ਹੈ ਨਾ, ਉਹ ਕਹਿੰਦੇ ਜੀਭ ਵਾਲੀ ਗੋਲੀ, ਜੀਭ ਵਾਲੀ ਗੋਲੀ ਕਹਿੰਦੇ ਆ, ਜੀਭ ਵਾਲੀ ਗੋਲੀ, ਅਤੇ ਕਹਿੰਦੇ ਨਸ਼ੇ ਤੋਂ ਛੁਡਾ ਕੇ ਉਹ ਜੀਭ ਵਾਲੀ ਗੋਲੀ 'ਤੇ ਲਾ ਦਿੰਦੇ ਆ, ਕਹਿੰਦੇ ਫਰਕ ਤਾਂ ਕੋਈ ਪਿਆ ਨਹੀਂ, ਪਹਿਲਾਂ ਵੀ ਨਸ਼ਾ ਕਰਦੇ, ਹੁਣ ਵੀ ਨਸ਼ਾ ਕਰਦੇ ਆ। ਹਾਂਜੀ ਬਿਲਕੁਲ ਜੀ, ਸਾਡੇ ਮਤਲਬ ਸਾਰੇ ਲੋਕਾਂ 'ਚ ਇਹੀ ਧਾਰਨਾ ਵੀ ਜਿਹੜੀ ਕੀ ਜਿਹੜੀ ਆ ਜੀਭ ਥੱਲੇ ਰੱਖਣ ਵਾਲੀ ਗੋਲੀ, ਵੀ ਹੁਣ ਸਾਨੂੰ ਸਰਕਾਰ ਜਾਂ ਕਹਿ ਲਓ ਡਾਕਟਰ ਚਿੱਟੇ ਤੋਂ ਹਟਾ ਕੇ ਕੀ ਸਾਨੂੰ ਇਸ ਗੋਲੀ 'ਤੇ ਲਾ ਰਹੀ ਆ? ਤਕਰੀਬਨ ਸਾਰੇ ਮੈਨੂੰ ਕਈ ਲੋਕ ਆ ਕੇ ਪੁੱਛਦੇ ਵੀ ਆ, ਮਤਲਬ ਕਾਫੀ ਇਹ ਧਾਰਨਾ ਹੈਗੀ ਆ। ਹੁਣ ਦੇਖੋ ਜੀ, ਚਿੱਟਾ ਕਰਨਾ ਹੀ ਰਹਿਣ ਜਿਹੜਾ ਕੋਈ ਇਨਸਾਨ ਸ਼ੁਰੂ ਕਰਦਾ, ਉਹਦਾ ਹੁਣ ਆਪਦਾ ਮਨ ਤਾਂ ਨਹੀਂ ਕਰਦਾ ਕਰਨ ਨੂੰ ਨਸ਼ਾ, ਇਹਦੇ ਪਿੱਛੇ ਬੜੇ ਕਾਰਨ ਹੋ ਸਕਦੇ, ਜਾਂ ਕੋਈ ਕੋਈ ਉਹਦੇ ਘਰ ਦੀ ਤੰਗੀ ਪਰੇਸ਼ਾਨੀ ਕਹਿ ਲਓ, ਜਾਂ ਡਿਪਰੈਸ਼ਨ ਕਹਿ ਲਓ, ਜਾਂ ਕੋਈ ਸਕੈਟਰਿਕ ਇਲਨੈਸ ਹੋ ਸਕਦੀ, ਉਹ ਦਿਮਾਗੀ ਤੌਰ 'ਤੇ ਬਿਮਾਰ ਵੀ ਹੋ ਸਕਦਾ ਜਿਹੜਾ ਬੰਦਾ ਚਿੱਟੇ ਦਾ ਆਦੀ ਹੋ ਜਾਂਦਾ। ਸੋ ਪੰਜਾਬ 'ਚ ਬੜੇ ਅੱਜ ਕੱਲ੍ਹ ਮਤਲਬ ਪੂਰੇ ਪੰਜਾਬ ਦਾ ਇਹ ਇੱਕ ਬੜਾ ਵੱਡਾ ਚੈਲੰਜ, ਬੜੀ ਵੱਡੀ ਸਮੱਸਿਆ ਬਣ ਚੁੱਕਾ ਨਸ਼ਾ। ਸੋ ਇਹਦੇ ਲਈ ਬੜਾ ਇੱਕ ਵਧੀਆ ਜਿਹੜਾ ਟ੍ਰੀਟਮੈਂਟ ਸ਼ੁਰੂ ਕੀਤਾ ਸਾਡੀ ਮੈਡੀਕਲ ਸਾਇੰਸ ਨੇ, ਉਹਦੇ ਬਾਰੇ ਮੈਂ ਤੁਹਾਨੂੰ ਅੱਜ ਜਾਣਕਾਰੀ ਦੇਵਾਂਗਾ। ਜਿਹੜਾ ਜਦੋਂ ਇਨਸਾਨ ਕੋਈ ਚਿੱਟਾ ਲਾਉਣਾ ਜਾਂ ਹੀਰਨ ਜਾਂ ਅਫੀਮ ਜਾਂ ਕੋਈ ਗੋਲੀਆਂ ਸ਼ੁਰੂ ਕਰਦਾ, ਤਾਂ ਸਾਡੇ ਦਿਮਾਗ ਦੇ ਵਿੱਚ ਆਹ ਜਿਹੜੇ ਰਿਸੈਪਟਰ ਹੁੰਦੇ ਆ, ਛੋਟੀਆਂ ਛੋਟੀਆਂ ਥਾਵਾਂ ਹੁੰਦੀਆਂ ਜਿਨ੍ਹਾਂ 'ਤੇ ਜਾ ਕੇ ਆਹ ਹੀਰਨ ਚਿੱਟਾ ਆਪਦਾ ਕਬਜ਼ਾ ਕਰ ਲੈਂਦਾ ਜਾ ਕੇ। ਜਦੋਂ ਇਹ ਇਹਨਾਂ ਥਾਵਾਂ 'ਤੇ ਲੱਗ ਜਾਂਦਾ, ਉਹ ਇਹਨਾਂ ਥਾਵਾਂ ਨੂੰ ਪੂਰੀ ਤਰ੍ਹਾਂ ਆਪਦਾ ਕਾਬਜ਼ ਹੋ ਜਾਂਦਾ, ਇਹਨਾਂ ਨੂੰ ਬਲੌਕ ਕਰ ਦਿੰਦਾ, ਅਤੇ ਹੁਣ ਇਨਸਾਨ ਚਾਹ ਕੇ ਵੀ ਇਹਨੂੰ ਨਹੀਂ ਛੱਡ ਸਕਦਾ। ਜੇ ਉਹ ਨਹੀਂ ਵੀ ਇਹਨੂੰ ਕਰਦਾ ਤਾਂ ਉਹਦੇ ਸਰੀਰਕ ਟੁੱਟ ਭੱਜ, ਜਿਹਨੂੰ ਅਸੀਂ ਪੰਜਾਬੀ ਸਰੀਰ ਦੀ ਤੋੜ ਲੱਗਣੀ ਕਹਿ ਦਿੰਦੇ, ਹੈ ਨਾ, ਤਾਂ ਉਹਨੂੰ ਘਬਰਾਹਟ, ਬੇਚੈਨੀ, ਪਸੀਨੇ, ਮਤਲਬ ਉਲਟੀਆਂ ਆਉਣੀਆਂ, ਫਿਰ ਉਹਨੂੰ ਟੱਟੀਆਂ ਉਲਟੀਆਂ ਤਾਂ ਲੱਗ ਹੀ ਜਾਂਦੀਆਂ, ਡਾਇਰੀਆ ਹੋ ਜਾਂਦਾ, ਹੈ ਨਾ। ਸੋ ਮਰੀਜ਼ ਫਿਰ ਨਾ ਚਾਹ ਕੇ ਵੀ ਉਹਨੂੰ ਲੈਣਾ ਪੈਂਦਾ ਨਸ਼ਾ ਦੁਬਾਰਾ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਮੂੰਹ ਨਾ ਲੈਂਦੇ ਆ, ਹੈ ਨਾ, ਜਦੋਂ ਇੱਥੋਂ ਸਵਾਦ ਆਉਣਾ ਜਾਂ ਜੋ ਵੀ ਉਹਨਾਂ ਨੂੰ ਮਿਲਦਾ ਪਲੇਅਰ, ਹਾਂ ਯੂਫੋਰੀਆ, ਹੈ ਨਾ, ਉਹ ਆਉਣਾ ਬੰਦ ਹੋ ਜਾਂਦਾ। ਉਸ ਤੋਂ ਬਾਅਦ ਉਹ ਸਨੱਫ ਕਰਨਾ ਸ਼ੁਰੂ ਕਰ ਦਿੰਦੇ, ਨੱਕ ਤੋਂ ਲੈਣਾ ਸ਼ੁਰੂ ਕਰ ਦਿੰਦੇ, ਅਖੀਰ 'ਤੇ ਉਹ ਫਿਰ ਆਈ ਵੀ ਲੈਣਾ ਸ਼ੁਰੂ ਕਰ ਦਿੰਦੇ ਜਦੋਂ ਇੱਧਰੋਂ ਵੀ ਉਹਨਾਂ ਨੂੰ, ਹੈ ਨਾ।
ਸੋ ਇਹ ਸਾਰੇ ਇਹ ਬਿਮਾਰੀ ਨੂੰ ਐਡਿਕਸ਼ਨ ਨੂੰ ਡਰੱਗ ਐਡਿਕਸ਼ਨ ਨੂੰ ਰੋਕਣ ਲਈ ਜਿਹੜੀ ਸਾਡੀ ਮੈਡੀਕਲ ਸਾਇੰਸ ਨੇ ਟ੍ਰੀਟਮੈਂਟ ਸ਼ੁਰੂ ਕੀਤਾ ਉਹ ਇੱਕ ਗੋਲੀ ਆ ਬੁਪਰੀਨੋਰਫਿਨ ਜਿਹੜੀ ਅੱਜ ਕੱਲ੍ਹ ਨਲੋਗਜ਼ਨ ਦੇ ਵੀ ਕੰਬੀਨੇਸ਼ਨ ਨਾਲ ਆ ਰਹੀ ਆ ਉਹ ਇਹ ਦਵਾਈ ਕੀ ਕਰਦੀ ਆ ਇਹ ਦਵਾਈ ਦੀ ਜਿਹੜੀ ਤਾਕਤ ਆ ਇਹਨਾਂ ਦਿਮਾਗ ਦੇ ਥਾਵਾਂ 'ਤੇ ਰਿਸੈਪਟਰਾਂ 'ਤੇ ਕਬਜ਼ਾ ਕਰਨ ਦੀ ਉਹ ਚਿੱਟੇ ਹੀਰਨ ਜਾਂ ਸਮੈਕ ਕਹਿ ਲਓ ਜਾਂ ਅਫੀਮ ਨਾਲੋਂ ਵੀ ਵੱਧ ਹੈਗੀ ਆ ਮਤਲਬ ਉਹ ਸਾਰੇ ਇਹਨਾਂ ਜਗ੍ਹਾ 'ਤੇ ਆਪਦਾ ਕਬਜ਼ਾ ਕਰ ਲੈਂਦੀ ਜਾ ਕੇ ਤਾਂ ਹੁਣ ਜੇ ਬੰਦਾ ਇਸ ਤੋਂ ਬਾਅਦ ਸਮੈਕ ਪੀਵੂਗਾ ਚਿੱਟਾ ਲਾਊਗਾ ਜਾਂ ਅਫੀਮ ਖਾਊਗਾ ਡੋਡੇ ਭੁੱਕੀ ਜੋ ਵੀ ਉੱਤੇ ਕੋਈ ਅਸਰ ਨਹੀਂ ਹੋਊਗਾ ਉਹਨਾਂ ਦਾ ਉਹਨੂੰ ਪਲੇ ਉਹ ਮਜ਼ਾ ਨਹੀਂ ਆਊਗਾ ਜੋ ਪਹਿਲਾਂ ਆਉਂਦਾ ਸੀ ਪਲੱਸ ਉਹ ਬਿਮਾਰ ਹੋ ਜੂਗਾ ਸਿੱਕ ਹੋ ਜੂਗਾ ਉਹਨੂੰ ਦਾਖਲ ਕਰਾਉਣ ਦੀ ਲੋੜ ਪੈ ਜੂਗੀ ਇਸ ਲਈ ਮਰੀਜ਼ ਨੂੰ ਪਹਿਲਾਂ ਹੀ ਦੱਸਿਆ ਜਾਂਦਾ ਵੀ ਹੁਣ ਤੂੰ ਦੁਬਾਰਾ ਹੀ ਨਸ਼ੇ 'ਚ ਨਹੀਂ ਲੱਗਣਾ ਪਰ ਆਹ ਗੋਲੀ ਵੀ ਮਰੀਜ਼ ਦਾ ਮਤਲਬ ਉਹਨੂੰ ਸਹੀ ਕਰ ਲਈ ਹਜੇ ਸਮੈਕ ਚਿੱਟੇ ਵਰਗਾ ਹੀ ਉਹਨੂੰ ਆਨੰਦ ਦਿੰਦੀ ਆ ਪਰ ਇਹਦਾ ਆਹ ਗੋਲੀ ਦਾ ਕੋਈ ਹਾਨੀਕਾਰਕ ਉਹ ਹੈ ਨਹੀਂ ਗਾ ਮਤਲਬ ਸਾਈਡ ਇਫੈਕਟ ਨਹੀਂ ਗਾ ਜਿੱਦਾਂ ਚਿੱਟੇ ਦੀ ਓਵਰ ਡੋਜ਼ ਨਾਲ ਕਈ ਵਾਰੀ ਮੌਤ ਵੀ ਹੋ ਜਾਂਦੀ ਹੈ ਡੈਥ ਹੋ ਜਾਂਦੀ ਆ ਕਈ ਵਾਰੀ ਕੀ ਅਸੀਂ ਬਹੁਤ ਸੁਣਦੇ ਹਾਂ ਹੈ ਨਾ ਅਕਸਰ ਹੀ ਹੁੰਦਾ ਹੈ ਨਾ ਪਰ ਇਹ ਗੋਲੀ ਜੇ ਵੱਧ ਮਾਤਰਾ 'ਚ ਵੀ ਮਰੀਜ਼ ਤੋਂ ਖਾ ਲਈ ਜਾਵੇ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਇੱਕ ਸੀਲਿੰਗ ਇਫੈਕਟ ਹੈਗਾ ਇਹ ਗੋਲੀ 'ਚ ਮਤਲਬ ਕਹਿ ਲਓ ਵੀ ਇੱਕ ਆਹ ਜਿਵੇਂ ਕਮਰੇ ਦੇ ਉੱਪਰ ਛੱਤ ਹੈਗੀ ਆ ਬੰਦਾ ਇੱਥੋਂ ਟੱਪ ਕੇ ਮੌਤ ਤੱਕ ਨਹੀਂ ਪਹੁੰਚੂਗਾ ਆਹ ਛੱਤ ਤੱਕ ਹੀ ਪਹੁੰਚੂ ਬਸ ਉਹ ਦੁਬਾਰਾ ਫਿਰ ਵਾਪਸ ਆ ਜੂਗਾ ਸੋ ਇੱਕ ਸੀਲਿੰਗ ਇਫੈਕਟ ਆ ਗੋਲੀ ਦਾ ਜੇ ਵੱਧ ਮਾਤਰਾ 'ਚ ਵੀ ਲਈ ਜਾਂਦੀ ਹੈ ਤਾਂ ਇਹਦੇ ਨਾਲ ਮਰੀਜ਼ ਦੀ ਮੌਤ ਨਹੀਂ ਹੋਊਗੀ ਜੇ ਇਹ ਇੱਕ ਤਾਂ ਪਹਿਲਾ ਫਾਇਦਾ ਇਹਦਾ ਇਹ ਆ ਹੁਣ ਨੰਬਰ 2 ਜੇ ਅਸੀਂ ਸੋਚੀਏ ਵੀ ਕੀ ਡਾਕਟਰ ਸਾਨੂੰ ਸਰਕਾਰ ਸਾਨੂੰ ਚਿੱਟੇ ਤੋਂ ਹਟਾ ਕੇ ਇਹ ਗੋਲੀਆਂ 'ਤੇ ਲਾ ਰਹੀ ਆ ਨਸ਼ੇ ਦੀਆਂ 'ਤੇ ਉਹਦਾ ਉਹ ਵੀ ਮੈਂ ਤੁਹਾਡੀ ਧਾਰਨਾ ਜਿਹੜੀ ਕਈ ਲੋਕਾਂ ਦੀ ਉਹ ਦੂਰ ਕਰ ਦਿੰਦਾ ਜਦੋਂ ਅਸੀਂ ਟ੍ਰੀਟਮੈਂਟ ਖਤਮ ਕਰਨਾ ਹੁੰਦਾ ਐਂਡ ਕਰਨਾ ਹੁੰਦਾ ਪਹਿਲਾਂ ਤਾਂ ਅਸੀਂ ਉਹਨੂੰ ਡੋਜ਼ ਦਿੰਦੇ ਹਾਂ ਪੂਰੀ ਵੀ ਉਹਦਾ ਸਰੀਰਕ ਨਾ ਤਾਂ ਉਹਨੂੰ ਕੋਈ ਪਰੇਸ਼ਾਨੀ ਆਵੇ ਉਹਨੂੰ ਤਕਲੀਫ ਹੋਵੇ ਤੋੜ ਲੱਗੇ ਅਤੇ ਨਾ ਹੀ ਉਹਨੂੰ ਇੰਨਾ ਜ਼ਿਆਦਾ ਦਿੰਦੇ ਹਾਂ ਵੀ ਮਤਲਬ ਡੋਜ਼ ਉੱਪਰ ਹੋ ਜਾਵੇ ਉਹਨੂੰ ਇੱਕ ਲਿਮਿਟ 'ਚ ਦਵਾਈ ਦਿੱਤੀ ਜਾਂਦੀ ਹੌਲੀ 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 ਇਹ ਦਵਾਈ ਦੀ ਡੋਜ਼ ਘਟਾਈ ਜਾਂਦੀ ਆ ਮੰਨ ਲਓ 1 ਸਾਲ ਦੇ ਅੰਦਰ ਇਹ ਦਵਾਈ ਨੂੰ ਬੰਦ ਕਰਨ ਦਾ ਟਾਈਮ ਆ ਗਿਆ ਹੁਣ ਅਸੀਂ ਸੋਚਦੇ ਹਾਂ ਵੀ ਮਰੀਜ਼ ਦੁਬਾਰਾ ਵੀ ਇਹ ਗੋਲੀਆਂ 'ਤੇ ਲੱਗ ਸਕਦਾ ਬਿਲਕੁਲ ਮਤਲਬ ਉਹ ਜੇ ਹਸਪਤਾਲੋਂ ਅਸੀਂ ਉਹਨੂੰ ਘਰ ਵੀ ਭੇਜ ਦਈਏ ਉਹ ਦੁਬਾਰਾ ਵੀ ਇਹ ਗੋਲੀਆਂ ਨੂੰ ਸ਼ੁਰੂ ਕਰ ਸਕਦਾ ਜਾਂ ਦੁਬਾਰਾ ਵੀ ਚਿੱਟੇ 'ਤੇ ਆ ਸਕਦਾ ਜਾਂ ਟੀਕੇ ਦੁਬਾਰਾ ਲਾਉਣ ਲੱਗ ਸ਼ੁਰੂ ਕਰ ਸਕਦਾ ਤਾਂ ਉਹਦੇ ਲਈ ਵੀ ਇੱਕ ਜਿਹੜਾ ਤੋੜ ਹੈਗਾ ਉਹ ਇੱਕ ਗੋਲੀ ਆਉਂਦੀ ਨੈਲਟ੍ਰੈਕਸੋਨ ਉਹਦਾ ਅਸੀਂ ਕੋਰਸ ਦਿੰਦੇ ਹਾਂ ਉਹਦਾ ਕੀ ਫਾਇਦਾ ਹੈ ਉਹ ਗੋਲੀ ਇਹਨਾਂ ਰਿਸੈਪਟਰਾਂ 'ਤੇ ਜਾ ਕੇ ਦੁਬਾਰਾ ਜਿਹੜੀ ਮੈਂ ਪਹਿਲਾਂ ਤੁਹਾਨੂੰ ਗੱਲ ਦੱਸੀ ਸੀ ਲੱਗ ਜਾਂਦੀ ਆਪਦਾ ਕਬਜ਼ਾ ਕਰ ਲੈਂਦੀ ਹੁਣ ਨਾ ਤਾਂ ਬੰਦਾ ਚਿੱਟਾ ਲੈ ਸਕਦਾ ਅਤੇ ਨਾ ਹੀ ਬੁਪਰੀਨੋਰਫਿਨ ਜਿਹੜੀ ਗੋਲੀ ਨਸ਼ਾ ਛੱਡਣ ਵਾਲੀ ਇਹ ਲੈ ਸਕਦਾ ਦੋਵਾਂ 'ਚੋਂ ਜੇ ਕੋਈ ਚਿੱਟਾ ਜਾਂ ਸਮੈਕ ਕੁਛ ਵੀ ਕਹਿ ਲਓ ਜੇ ਦੋਵਾਂ ਟ੍ਰੀਟਮੈਂਟ ਵਾਲੀ ਗੋਲੀ ਵੀ ਲਊਗਾ ਜਾਂ ਕੋਈ ਨਸ਼ਾ ਵੀ ਕਰੂਗਾ ਤਾਂ ਉਹ ਬਿਮਾਰ ਪੈ ਜੂ ਉਹਨੂੰ ਐਮਰਜੈਂਸੀ ਦਾਖਲ ਹੋਣ ਦੀ ਲੋੜ ਪੈ ਜੂ ਮਤਲਬ ਇੰਨਾ ਸਿੱਕ ਹੋ ਜੂ ਮਰੀਜ਼ ਉਲਟੀਆਂ ਮਤਲਬ ਕਹਿਣ ਦਾ ਭਾਵ ਬਹੁਤ ਜ਼ਿਆਦਾ ਸਿੱਕ ਹੋ ਜੂ ਬੇਹੋਸ਼ੀ ਤੱਕ ਜਾ ਸਕਦਾ ਮਰੀਜ਼ ਇੱਕ ਸਮੇਂ 'ਤੇ ਜਾ ਕੇ ਸਾਨੂੰ ਇਹ ਜਿਹੜੀ ਹੈਗੀ ਆ ਗੋਲੀ ਇਹ ਵੀ ਛੱਡਣੀ ਪੈਂਦੀ ਇਹ ਨਹੀਂ ਹੈਗਾ ਵੀ ਪੂਰੇ ਲੰਬੇ ਸਮੇਂ ਦੇ ਲਈ ਜਾਂ ਇਹ ਕਹਿ ਲਈਏ ਵੀ ਪੂਰੀ ਉਮਰ ਦੇ ਲਈ ਤਾਂ ਉਮਰ ਦੇ ਲਈ ਜਿਹੜਾ ਮਰੀਜ਼ ਆ ਉਹ ਗੋਲੀ ਲੈ ਸਕਦਾ ਤਾਂ ਉਮਰ ਦੇ ਲਈ ਤਾਂ ਨਹੀਂ ਲੈ ਸਕਦਾ ਨਾ ਦੇਖੋ ਜੀ ਕੁਝ ਡਾਕਟਰ ਦੇ ਹੱਥ ਵੱਸ ਵੀ ਸਾਰਾ ਕੁਝ ਨਹੀਂ ਹੁੰਦਾ ਇੱਕ ਮਰੀਜ਼ 'ਤੇ ਵੀ ਹੁੰਦਾ ਜੇ ਮਰੀਜ਼ ਦੇ ਅੰਦਰੋਂ ਚਾਹੁੰਦਾ ਮਰੀਜ਼ ਵੀ ਮੈਂ ਨਸ਼ਾ ਛੱਡਣਾ ਹੈ ਉਹ ਤਾਂ ਹੀ ਡੀ ਐਡਿਕਸ਼ਨ ਸੈਂਟਰ ਜਾਂਦਾ ਡਾਕਟਰ ਦੀ ਸਲਾਹ ਲੈਂਦਾ ਹੈ ਨਾ ਕਿਸੇ ਦੇ ਧੱਕਾ ਤਾਂ ਆਪਾਂ ਕਰ ਨਹੀਂ ਸਕਦੇ ਵੀ ਉਹਨੂੰ ਧੱਕੇ ਨਾਲ ਇਹ ਗੋਲੀ 'ਤੇ ਲਾ ਦਈਏ ਜੇ ਉਹ ਨਸ਼ਾ ਛੱਡਣ ਦਾ ਮਨ ਬਣਾ ਕੇ ਆਉਂਦਾ ਤਾਂ ਜੇ ਉਹ ਇਸ ਗੋਲੀ ਨੂੰ ਵੀ ਛੱਡਣਾ ਚਾਹੇ ਉਹ ਮਰੀਜ਼ 'ਤੇ ਆ ਤਾਂ ਹੀ ਇਹ ਸੰਭਵ ਹੈਗਾ ਮਤਲਬ ਸਾਡੇ ਅੰਦਰ ਲਈ ਇੱਕ ਮਨ ਵੀ ਸਾਡਾ ਵਿਲ ਪਾਵਰ ਵੀ ਇਹ ਹੋਣੀ ਚਾਹੀਦੀ ਆ ਵੀ ਅਸੀਂ ਨਸ਼ਾ ਛੱਡਣਾ ਹੈ ਨਾ ਤਾਂ ਬੜੇ ਕੇਸ ਕਈ ਬਿਨਾਂ ਦਵਾਈ ਤੋਂ ਵੀ ਨਸ਼ਾ ਛੱਡ ਦਿੰਦੇ ਆ ਉਹ 'ਚ ਤਕਲੀਫ ਬਹੁਤ ਜ਼ਿਆਦਾ ਹੁੰਦੀ ਤੋੜ ਬੜੀ ਲੱਗਦੀ ਆ ਮਤਲਬ ਉਹਨੂੰ ਅਸੀਂ ਕੋਲਡ ਟਰਕੀ ਕਹਿ ਦਿੰਦੇ ਭਿੱਗੀ ਕਹਿ ਲਓ ਵੀ ਭਿੱਜੀ ਬਿੱਲੀ ਦੇ ਮਤਲਬ ਨਾ ਨਾ ਉਹਨੂੰ ਜੇ ਪੰਜਾਬੀ 'ਚ ਕਹੀਏ ਵੀ ਬੰਦੇ ਦੀ ਉਹ ਹਾਲਤ ਹੋ ਜਾਂਦੀ ਆ ਉਹਨੂੰ ਘਰ 'ਚ ਬੰਦ ਕਰਨਾ ਪੈਂਦਾ ਅਤੇ ਉਹ ਬਸ ਮਤਲਬ ਕਈ ਵਾਰੀ ਤਾਂ ਇਹ ਨੌਬਤ ਵੀ ਆ ਜਾਂਦੀ ਕਿ ਲੱਤਾਂ 'ਤੇ ਵੀ ਗੰਢਾਂ ਮਾਰਦੇ ਇੰਨੀਆਂ ਤੋੜ ਬੰਨਣੀਆਂ ਪੈਂਦੀਆਂ ਹਾਂਜੀ ਹਾਂਜੀ ਮਤਲਬ ਇੰਨਾ ਮਰੀਜ਼ ਦਾ ਬੁਰਾ ਹਾਲ ਹੁੰਦਾ ਕਈ ਲੋਕ ਉਹ 'ਚੋਂ ਵੀ ਨਿਕਲੇ ਆ ਠੀਕ ਹੋਏ ਆ ਅੱਛਾ ਇਹਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਇਸ ਤਰ੍ਹਾਂ ਦਾ ਸਾਈਡ ਇਫੈਕਟ ਤਾਂ ਨਹੀਂ ਸਰੀਰ ਦੇ ਉੱਪਰ ਪੈਂਦਾ ਕਿ ਜਿਵੇਂ ਤੁਸੀਂ ਦੱਸਿਆ ਕਿ ਤੋੜ ਲੱਗਦੀ ਆ ਇੱਦਾਂ ਦਾ ਕੁਛ ਹੁੰਦਾ ਇਹ ਇਸ ਤਰ੍ਹਾਂ ਦਾ ਕੁਛ ਤਾਂ ਨਹੀਂ ਹੁੰਦਾ ਜੇ ਗੋਲੀ ਦਾ ਯੂਜ਼ ਕਰਦਾ ਜੀਭ ਵਾਲੀ ਗੋਲੀ ਦਾ
ਨਹੀਂ ਇਹਦੇ ਇੱਦਾਂ ਦੇ ਕੋਈ ਸਾਈਡ ਇਫੈਕਟ ਨਹੀਂ ਹੈਗੇ। ਬਾਕੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਇਹ ਗੋਲੀ 'ਚ ਇੱਕ ਸੀਲਿੰਗ ਇਫੈਕਟ ਹੈਗਾ ਹੈ ਵੀ ਮਰੀਜ਼ ਦੀ ਡੈਥ ਨਹੀਂ ਹੁੰਦੀ ਇਹਦੇ ਨਾਲ ਜੇ ਵੱਧ ਡੋਜ਼ 'ਚ ਵੀ ਜੇ ਗਲਤੀ ਨਾਲ ਵੱਧ ਮਾਤਰਾ 'ਚ ਵੀ ਲਈ ਜਾਵੇ। ਬਾਕੀ ਇਹਨੂੰ ਮਰੀਜ਼ ਆਈ ਵੀ ਨਹੀਂ ਲੈ ਸਕਦਾ। ਪਹਿਲਾਂ ਜਿਹੜੇ ਕੇਸ ਆਏ ਆ ਮਰੀਜ਼ ਪਹਿਲਾਂ ਇਹਨਾਂ ਆਈ ਵੀ ਲੈਣ ਲੱਗ ਗਏ ਸੀਗੇ, ਉਸ ਤੋਂ ਬਾਅਦ ਸਰਕਾਰ ਨੇ ਸ਼ੁਰੂ ਕੀਤਾ ਵੀ ਉੱਥੇ ਹੀ ਗੋਲੀਆਂ ਪੀਸ ਕੇ ਇਹਨਾਂ ਨੂੰ ਉੱਥੇ ਹੀ ਜੀਭ ਥੱਲੇ ਰੱਖ ਕੇ ਉੱਥੇ ਹੀ ਦਿਓ ਇਹਨਾਂ ਨੂੰ। ਪਰ ਇਹ ਗੱਲ ਡਾਕਟਰ ਸਾਹਿਬ ਕਿਉਂ ਪ੍ਰਚਲਿਤ ਆ ਕਿ ਜਿਹੜੀ ਭਾਈ ਜੀਭ ਵਾਲੀ ਗੋਲੀ ਆ ਤਾਂ ਇਹ ਜਦੋਂ ਇੱਕ ਵਾਰੀ ਜਿਹੜਾ ਵੀ ਨਸ਼ਾ ਛੱਡਿਆ ਹੁੰਦਾ ਉਹ ਜਦੋਂ ਇੱਕ ਵਾਰੀ ਲੈਣ ਲੱਗ ਜਾਂਦਾ ਉਸ ਤੋਂ ਬਾਅਦ ਉਹ ਛੱਡ ਹੀ ਨਹੀਂ ਸਕਦਾ। ਇਹ ਗੱਲ ਕਿਉਂ ਅਕਸਰ ਅਸੀਂ ਜਿਹੜੇ ਵੀ ਨਸ਼ਾ ਛੱਡਦੇ ਆ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਤਾਂ ਅਕਸਰ ਕਹਿੰਦੇ ਆ ਕਿ ਭਾਈ ਜੀਭ ਵਾਲੀ ਗੋਲੀ ਤਾਂ ਬੜੀ ਘਾਤਕ ਆ, ਉਹ ਤਾਂ ਚਿੱਟੇ ਤੋਂ ਵੀ ਵੱਧ ਘਾਤਕ ਆ, ਉਹਦੇ ਨਾਲੋਂ ਤਾਂ ਚੰਗਾ ਤੁਸੀਂ ਚਿੱਟਾ ਹੀ ਜਿਹੜਾ ਹੈਗਾ ਉਹਦਾ ਹੀ ਸੇਵਨ ਕਰ ਲਓ। ਜੇ ਅਸੀਂ ਉਹ ਕਰੋਂਗੇ ਗੋਲੀ ਜਿਹੜੀ ਆ ਜੀਭ ਵਾਲੀ ਉਹ ਲਾਉਂਗੇ ਤਾਂ ਤੁਹਾਨੂੰ ਛੱਡੀ ਨਹੀਂ ਜਾਣੀ। ਫਿਰ ਇਹ ਗੱਲ ਕਿਉਂ ਪ੍ਰਚਲਿਤ ਆ? ਅਸਲ 'ਚ ਮੇਰੇ ਹਿਸਾਬ ਨਾਲ ਪਹਿਲਾਂ ਲੋਕ ਜ਼ਿਆਦਾ ਤਾਂ ਕਈਆਂ ਨੇ ਤਾਂ ਇਹ ਰੁਜ਼ਗਾਰ ਬਣਾ ਲਿਆ ਸੀ, ਪਹਿਲਾਂ ਗੋਲੀਆਂ ਲੈ ਜਾਂਦੇ ਸੀ ਅਤੇ ਬਾਹਰ ਜਾ ਕੇ ਵੇਚ ਦਿੰਦੇ ਸੀ। ਕਈ ਇਹ ਵੀ ਗੱਲਾਂ ਸੁਣੀਆਂ, ਤੁਸੀਂ ਵੀ ਸੁਣੀਆਂ ਹੋਣੀਆਂ। ਤਾਂ ਜਦੋਂ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਹੋਣ ਤਾਂ ਉਹ ਆਪਦਾ ਉਹ ਫਿਰ ਗੋਲੀ ਕੋਈ ਕਿਉਂ ਛੱਡੂਗਾ, ਉਹਦਾ ਤਾਂ ਰੁਜ਼ਗਾਰ ਚੱਲਦਾ ਪਿਆ। ਸੋ ਜਿਵੇਂ ਇਹ ਚੀਜ਼ਾਂ ਧਿਆਨ 'ਚ ਆਈਆਂ ਡਾਕਟਰਾਂ ਦੇ ਸਰਕਾਰ ਦੇ, ਫਿਰ ਉਹਦੇ ਮੁਤਾਬਕ ਰੂਲ ਵੀ ਉਵੇਂ ਚੇਂਜ ਕਰਤੇ। ਹੁਣ ਗੋਲੀ ਅੰਦਰ ਹੀ ਪੀਸ ਕੇ ਦੇਣੀ ਸ਼ੁਰੂ ਕਰਤੀ ਹਸਪਤਾਲ 'ਚ, ਮਰੀਜ਼ ਨੂੰ ਖਵਾ ਕੇ ਭਾ ਕੇ 15 ਮਿੰਟ ਫਿਰ ਹੀ ਭੇਜਿਆ ਜਾਂਦਾ ਵਾਪਸ। ਅੱਛਾ, 15-20 ਮਿੰਟ ਉਹਨੂੰ ਅਬਜ਼ੋਰਬ ਹੋਣੀ ਹੁੰਦੀ ਨਾ ਜੀਭ ਦੇ ਥੱਲੇ, ਉਹਨੂੰ ਪਾਇਆ ਜਾਂਦਾ। ਹਾਂ, ਮਤਲਬ ਨਾਲ ਲਿਜਾਣ ਲਈ ਕਿਸੇ ਨੂੰ ਵੀ ਇੱਕ ਗੋਲੀ ਵੀ ਨਹੀਂ ਦਿੱਤੀ ਜਾਂਦੀ? ਨਹੀਂ, ਬਿਲਕੁਲ ਹਾਂਜੀ ਬਣਦਾ। ਅੱਛਾ, ਇਹ ਡੋਜ਼ ਜਿਹੜੀ ਆ ਕਿਵੇਂ ਕੌਣ ਤੈਅ ਕਰਦਾ? ਡਾਕਟਰ ਕਿਸ ਤਰ੍ਹਾਂ ਦੇ ਨਾਲ ਕੀ ਦੇਖ ਕੇ ਤੈਅ ਕੀਤੀ ਜਾਂਦੀ ਹੈ ਡੋਜ਼ ਕੀ ਇਸ ਨੂੰ ਕਿੰਨੀਆਂ ਗੋਲੀਆਂ ਜਿਹੜੀਆਂ ਦਿੱਤੀਆਂ ਜਾਣ ਜੀਭ ਦੇ ਥੱਲੇ ਧਰਨ ਵਾਲੀਆਂ, ਕਿੰਨੀ ਡੋਜ਼ ਤੋਂ ਇਹਦੀ ਸਟਾਰਟ ਸ਼ੁਰੂਆਤ ਜਿਹੜੀ ਹੋਣੀ ਚਾਹੀਦੀ ਹੈ? ਇਹਦੀ ਜੀ ਨਸ਼ੇ ਦੀ ਮਾਤਰਾ ਦੇ ਹਿਸਾਬ ਨਾਲ, ਹੁਣ ਜਿੱਦਾਂ ਕੋਈ ਇੱਕ ਤੋਲਾ ਤੋਲੇ ਦੇ ਹਿਸਾਬ ਨਾਲ ਹੀ ਮਰੀਜ਼ ਆ ਕੇ ਦੱਸਦੇ, ਹਾਂਜੀ ਵੀ 2 ਤੋਲਾ ਲਾਉਣਾ ਮੈਂ 1 ਤੋਲਾ, ਉਹਦੇ ਹਿਸਾਬ ਨਾਲ ਡਿਸਾਈਡ ਕੀਤਾ ਜਾਂਦਾ। ਇੱਕ ਤਾਂ ਸਾਡੇ ਕੋਲ ਆਉਂਦੀ ਆ 0.4 mg ਦੀ ਆਉਂਦੀ ਆ ਗੋਲੀ, ਅਤੇ ਇਹਦੇ ਹਿਸਾਬ ਨਾਲ ਡਿਸਾਈਡ ਕੀਤਾ ਜਾਂਦਾ ਵੀ ਮਰੀਜ਼ ਨੂੰ 1 ਗੋਲੀ 'ਤੇ ਲਾਉਣਾ, 2 'ਤੇ ਲਾਉਣਾ ਜਾਂ 3 'ਤੇ ਲਾਉਣਾ, ਹੱਦ ਅਸੀਂ 4 ਗੋਲੀਆਂ 'ਤੇ, ਸਭ ਤੋਂ ਮੈਕਸੀਮਮ 4, ਹਾਂਜੀ ਹਾਂ। ਅੱਛਾ, ਇਹ ਚੀਜ਼ ਜਿਵੇਂ ਤੁਸੀਂ ਕਿਹਾ ਸੀ ਕਿ ਹੋ ਸਕਦਾ ਸ਼ਾਇਦ ਮਰੀਜ਼ ਨੂੰ 1 ਸਾਲ ਦੇ ਲਈ ਇਹ ਗੋਲੀ ਲੈਣੀ ਪਵੇ, ਹੋ ਸਕਦਾ 6 ਮਹੀਨੇ ਦੀ ਲੈਣੀ ਪਵੇ, ਹੋ ਸਕਦਾ ਵੱਧ ਸਮੇਂ ਦੀ ਲੈਣੀ ਪਵੇ, ਇਹ ਚੀਜ਼ ਕਿਵੇਂ ਤੈਅ ਹੁੰਦੀ ਹੈ ਕਿ ਇੰਨੇ ਕੁ ਸਮੇਂ ਦੇ ਵਿੱਚ ਜਿਹੜੀ ਇਹਨੂੰ ਤੋੜ ਹਟ ਜੂ, ਜਾਂ ਮਰੀਜ਼ ਖੁਦ ਆ ਕੇ ਆਖ ਦਿੰਦਾ ਕਿ ਹੁਣ ਮੈਨੂੰ ਲੱਗਦਾ ਮੈਂ ਮਹਿਸੂਸ ਕਰ ਰਿਹਾ ਮੈਂ ਕੁਛ ਸਹੀ ਹਾਂ? ਇਹ ਚੀਜ਼ ਇੱਕ ਤਾਂ ਦੇਖੋ ਜੀ ਨਸ਼ੇ ਦੀ ਮਾਤਰਾ ਦੇ ਹਿਸਾਬ ਨਾਲ, ਹੁਣ ਜਿਹੜਾ ਲਿਆ ਹੀ ਬੜੀ ਵੱਧ ਮਾਤਰਾ 'ਚ ਨਸ਼ਾ ਲੈ ਰਿਹਾ ਤਾਂ ਉਹਨੂੰ ਉਹਦੀ ਮਤਲਬ ਇੱਕ ਡਿਪੈਂਡੈਂਸ, ਉਹਦਾ ਬ੍ਰੇਨ ਵੀ ਆਦੀ ਹੋ ਜਾਂਦਾ ਇਹਦੇ, ਤਾਂ ਉਸ ਚੀਜ਼ 'ਚੋਂ ਬਾਹਰ ਆਉਣ ਲਈ ਉਹਨੂੰ ਸਮਾਂ ਤਾਂ ਚਾਹੀਦਾ ਹੀ ਆ। ਇੱਕੋ ਦਮ ਜੇ ਛੱਡਾਂਗੇ ਤਾਂ ਉਹਨੂੰ ਵਿਦਡਰਾਲ ਇਫੈਕਟ ਜਿਹਨੂੰ ਕਹਿੰਦੇ ਅਸੀਂ ਉਹ ਆਉਂਦੇ ਆ, ਮਤਲਬ ਉਹ ਬਿਮਾਰ ਹੋ ਜਾਂਦਾ। ਸੋ ਇਹਨੂੰ ਦਿਮਾਗ ਨੂੰ ਨਸ਼ੇ ਦੀ ਮਤਲਬ ਉਹਦੇ ਵਿਦਡਰਾਲ 'ਚੋਂ ਬਾਹਰ ਆਉਣ ਲਈ ਸਮਾਂ ਤਾਂ ਚਾਹੀਦਾ ਹੀ ਆ। ਜੇ ਕੋਈ ਘੱਟ ਮਾਤਰਾ 'ਚ ਕਰਦਾ ਤਾਂ ਉਹ ਜਲਦੀ ਵੀ ਛੱਡੀ ਜਾਂਦਾ, ਜਲਦੀ ਛੱਡੀ ਜਾਂਦਾ। ਹਾਂਜੀ, ਅੱਛਾ, ਇੱਥੇ ਇਹ ਵੀ ਚੀਜ਼ ਮਾਇਨੇ ਰੱਖਦੀ ਆ ਕਿ ਕਿੰਨਾ ਸਮਾਂ ਹੋ ਗਿਆ ਨਸ਼ਾ ਕਰਦੇ ਨੂੰ? ਕੋਈ ਜਿਵੇਂ ਕਿਸੇ ਕੋਈ ਇੱਦਾਂ ਦੇ ਵੀ ਨੌਜਵਾਨ ਹੈਗੇ ਜਿਹੜੇ 15-15, 20-20 ਸਾਲ ਹੋ ਗਏ ਲੱਗੇ ਪਏ, ਉਸ ਤੋਂ ਬਾਅਦ ਉਹਨਾਂ ਨੇ ਛੱਡਿਆ, ਕੋਈ 2-4 ਸਾਲ ਹੋ ਗਿਆ, ਕਿਸੇ ਨੂੰ 5-4 ਸਾਲ, ਇਹ ਵੀ ਚੀਜ਼ ਮਾਇਨੇ ਰੱਖਦੀ ਆ? ਸਮਾਂ ਵੀ ਮਾਇਨੇ ਰੱਖਦਾ, ਪਰ ਸਭ ਤੋਂ ਜ਼ਿਆਦਾ ਡੋਜ਼ ਮਾਇਨੇ ਰੱਖਦੀ ਵੀ ਉਹ ਆਈ ਵੀ ਲੈ ਰਿਹਾ ਏ, ਉਹਨੂੰ ਮਤਲਬ ਸੁੰਘ ਕੇ ਕਰ ਰਿਹਾ ਨਸ਼ਾ, ਜਾਂ ਉਹ ਟ੍ਰੈਮਾਡੋਲ ਦੀਆਂ ਗੋਲੀਆਂ ਖਾ ਰਿਹਾ, ਕਿੰਨੀਆਂ ਖਾ ਰਿਹਾ, ਜੇ ਉਹ 5 ਤੋਂ ਵੱਧ ਖਾ ਰਿਹਾ ਏ, 7-8 ਖਾ ਰਿਹਾ, ਫਿਰ ਉਹਨੂੰ ਇਹ ਗੋਲੀ ਸ਼ੁਰੂ ਕਰਦੇ ਹਾਂ ਅਸੀਂ। ਜੇ 5 ਤੱਕ ਖਾ ਰਿਹਾ ਫਿਰ ਉਹਨੂੰ ਹੋਰ ਟ੍ਰੀਟਮੈਂਟ, ਡੀ ਐਡਿਕਸ਼ਨ ਸੈਂਟਰ 'ਚ ਅਲੱਗ ਟ੍ਰੀਟਮੈਂਟ ਹੈਗਾ। ਮਤਲਬ ਇਹ ਡਿਪੈਂਡ ਕਰਦਾ ਕਿੰਨੀ ਫੀਮ ਖਾ ਰਿਹਾ, ਕਿੰਨੀ ਭੁੱਕੀ ਖਾ ਰਿਹਾ, ਉਸ 'ਤੇ ਡਿਪੈਂਡ ਕਰਦਾ, ਮਾਤਰਾ 'ਤੇ ਡਿਪੈਂਡ, ਕਿੰਨਾ ਕਰ ਰਿਹਾ ਉਸ ਦੀ ਮਾਤਰਾ 'ਤੇ ਡਿਪੈਂਡ ਕਰਦਾ, ਫਿਰ ਇਹਦੀ ਡੋਜ਼ ਸਿਲੈਕਟ ਕਰੀ ਜਾਂਦੀ। ਅੱਛਾ ਡਾਕਟਰ ਸਾਹਿਬ, ਜੇ ਉਹ ਸਕੈਚ ਤੁਸੀਂ ਡਰਾ ਕੀਤਾ, ਮੈਂ ਚਾਹੂੰਗਾ ਸਾਡੇ ਸਰੋਤਿਆਂ ਨੂੰ ਇੱਕ ਵਾਰੀ ਕੰਪਲੀਟ ਆਪਾਂ ਦੱਸ ਜ਼ਰੂਰ ਦੇਈਏ ਕਿਸ ਤਰ੍ਹਾਂ ਦੇ ਨਾਲ ਜਿਹੜਾ ਚਿੱਟਾ ਹੈ ਉਹ ਸਾਡੇ ਦਿਮਾਗ ਦੇ ਉੱਪਰ ਅਸਰ ਕਰਦਾ ਆ, ਅਤੇ ਉਸਦਾ ਉਸਨੂੰ ਜੇਕਰ ਆਪਾਂ ਹਟਾਉਣਾ ਹੈ, ਉਸਦੀ ਜਗ੍ਹਾ ਦੇ ਉੱਪਰ ਬੁਪਰੀਨੋਰਫਿਨ ਗੋਲੀ ਲਾਉਣੀ ਆ, ਤਾਂ ਕਿਸ ਤਰ੍ਹਾਂ ਦੇ ਨਾਲ ਇਹ ਅਸਰ ਕਰਦੀ ਆ ਭਾਵ ਚਿੱਟੇ ਨੂੰ ਤੁਹਾਡੇ ਦਿਮਾਗ ਦੇ ਵਿੱਚੋਂ ਕਿਸ ਤਰ੍ਹਾਂ ਦੇ ਨਾਲ ਜਿਹੜੀ ਹੈਗੀ ਆ ਉਹ ਕੱਢਦੀ ਆ? ਦੇਖੋ ਜੀ, ਜਿਹੜੇ ਆ ਆਪਣੇ ਹੁੰਦੇ ਆ ਦਿਮਾਗ ਦੇ ਵਿੱਚ ਜਗ੍ਹਾ ਹੁੰਦੀਆਂ, ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਹਾਂ ਓਪੀਆਇਡ ਰਿਸੈਪਟਰਸ, ਮਤਲਬ ਜਿਹੜੀਆਂ ਵੀ ਆ ਚਿੱਟਾ ਜਿਹੜਾ ਹੀਰੋਇਨ ਆ ਇਹ ਇੱਕ ਮਤਲਬ ਕਹਿ ਲਓ ਵੀ ਸੈਮੀ ਸਿੰਥੈਟਿਕ ਹੈਗਾ, ਅਤੇ ਇਹਦੇ ਤੋਂ ਹੀ ਬਣਿਆ ਹੁੰਦਾ, ਮਤਲਬ ਅਫੀਮ ਦੇ ਬੂਟੇ ਤੋਂ ਹੀ ਬਣਿਆ ਹੁੰਦਾ। ਸੋ ਉਹ ਕੀ ਕਰਦਾ ਏ, ਉਹ ਇਹਨਾਂ ਥਾਵਾਂ 'ਤੇ ਜਾ ਕੇ ਆਪਦਾ ਕਬਜ਼ਾ ਕਰ ਲੈਂਦਾ, ਇਹਨਾਂ ਨੂੰ ਮਤਲਬ ਕਹਿ ਲਓ ਵੀ ਰਿਸੈਪਟਰਾਂ 'ਤੇ ਜਾ ਕੇ ਲੱਗ ਜਾਂਦਾ। ਜਦੋਂ ਇਹਨਾਂ 'ਤੇ ਲੱਗਦਾ ਤਾਂ ਉਹ ਮਰੀਜ਼ ਨੂੰ ਆਪਦਾ ਆਦੀ ਬਣਾ ਲੈਂਦਾ ਪੂਰੀ ਤਰ੍ਹਾਂ। ਹੁਣ ਨਾ ਚਾਹ ਕੇ ਵੀ ਮਰੀਜ਼ ਇਹਨੂੰ ਨਹੀਂ ਛੱਡ ਸਕਦਾ ਚਿੱਟੇ ਨੂੰ ਜਾਂ ਸਮੈਕ ਨੂੰ, ਹੀਰੋਇਨ ਨੂੰ।
ਹੁਣ ਇਹਨੂੰ ਛੁਡਾਉਣ ਲਈ ਜਿਹੜੀ ਅਸੀਂ ਮੈਡੀਕਲ ਸਾਇੰਸ ਦੀ ਟ੍ਰੀਟਮੈਂਟ ਆ ਉਹ ਹੈਗਾ ਬੁਪਰੀਨੋਰਫਿਨ ਗੋਲੀ। ਇਹ ਗੋਲੀ ਦੀ ਸ਼ਮਤਾ ਜਿਹੜੀ ਆ ਇਹਨਾਂ ਥਾਵਾਂ 'ਤੇ ਲੱਗਣ ਦੀ ਉਹ ਹੀਰੋਇਨ ਚਿੱਟੇ ਤੋਂ ਵੀ ਬਹੁਤ ਜ਼ਿਆਦਾ ਹੈਗੀ ਵੱਧ, ਅਤੇ ਇਹਦੀ ਤਾਕਤ ਵੱਧ ਹੈਗੀ ਆ। ਇਹ ਕੀ ਕਰਦੀ ਆ, ਆ ਜਿੰਨੇ ਵੀ ਦਿਮਾਗ 'ਚ ਆ ਜਿਹੜੇ ਰਿਸੈਪਟਰ ਆ ਇਹ ਇਹਨਾਂ 'ਤੇ ਜਾ ਕੇ ਲੱਗ ਜਾਂਦੀ ਆ ਅਤੇ ਉਹਨਾਂ 'ਤੇ ਆਪਦਾ ਕਬਜ਼ਾ ਕਰ ਲੈਂਦੀ, ਉਹਨਾਂ ਸਾਰਿਆਂ ਨੂੰ ਰਿਸੈਪਟਰਾਂ ਨੂੰ ਬਲੌਕ ਕਰ ਲੈਂਦੀ। ਹੁਣ ਮਰੀਜ਼ ਜੇ ਚਾਹ ਕੇ ਵੀ ਲਊਗਾ ਚਿੱਟੇ ਦਾ ਸੇਵਨ ਕਰੂਗਾ, ਪਹਿਲੀ ਤਾਂ ਗੱਲ ਉਹਨੂੰ ਉਹ ਮਜ਼ਾ ਨਹੀਂ ਆਊਗਾ ਅਤੇ ਨਾ ਹੀ ਉਹ ਚਿੱਟਾ ਨਸ਼ਾ ਉਹਦੇ 'ਤੇ ਕੰਮ ਕਰੂਗਾ ਅਤੇ ਉਲਟਾ ਉਹ ਮਰੀਜ਼ ਬਿਮਾਰ ਪੈ ਜੂਗਾ। ਕਿਉਂਕਿ ਜਿਹੜੀ ਇਹ ਸਾਡੀ ਗੋਲੀ ਹੈਗੀ ਹੈ, ਤੁਹਾਨੂੰ ਚਲੋ ਲੋਕਾਂ ਨੂੰ ਇਹ ਗੱਲ ਦੀ ਸ਼ਾਇਦ ਨਾ ਸਮਝ ਆਵੇ, ਐਂਟਾਗਨਿਸਟ ਵੀ ਹੈਗੀ ਹੈ ਅਤੇ ਪਾਰਸ਼ਲੀ ਐਗਨਿਸਟ ਵੀ ਹੈਗੀ, ਮਤਲਬ ਚਿੱਟੇ ਦਾ ਕੰਮ ਵੀ ਇਹ ਪੂਰਾ ਕਰਦੀ ਆ ਅਤੇ ਪਲੱਸ ਇਹ ਉਸ ਚੀਜ਼ ਨੂੰ ਜੇ ਉਹ ਲਊਗਾ ਤਾਂ ਉਹਦੇ ਅਗੇਂਸਟ ਵੀ ਹੈਗੀ ਆ, ਮਰੀਜ਼ ਬਿਮਾਰ ਪੈ ਜੂ ਉਹ ਦੁਬਾਰਾ ਲੈ ਨਹੀਂ ਸਕਦਾ। ਫਿਰ ਅਖੀਰ 'ਤੇ ਜਦੋਂ ਟ੍ਰੀਟਮੈਂਟ ਹੌਲੀ ਹੌਲੀ ਅਸੀਂ ਡੋਜ਼ ਘਟਾਉਂਦੇ ਹਾਂ, ਆਹ ਗੋਲੀ ਵੀ ਛੱਡਣੀ ਆ, ਉਸ ਤੋਂ ਬਾਅਦ ਨੈਲਟ੍ਰੈਕਸੋਨ ਗੋਲੀ ਦਿੱਤੀ ਜਾਂਦੀ ਆ ਜਿਹੜੀ ਕਿ ਹੁਣ ਇਹ ਸਾਰੇ ਰਿਸੈਪਟਰਾਂ 'ਤੇ ਆਪਦਾ ਕਬਜ਼ਾ ਕਰ ਲੈਂਦੀ। ਹੁਣ ਮਰੀਜ਼ ਚਾਹ ਕੇ ਵੀ ਨਾ ਤਾਂ ਚਿੱਟਾ ਲੈ ਸਕਦਾ ਅਤੇ ਨਾ ਹੀ ਬੁਪਰੀਨੋਰਫਿਨ ਗੋਲੀ ਖਾ ਸਕਦਾ, ਪਰ ਉਸ ਤੋਂ ਪਹਿਲਾਂ ਮਰੀਜ਼ ਤੋਂ ਕੰਸੈਂਟ ਲਏ ਜਾਂਦੇ, ਉਹਦੇ ਘਰਦਿਆਂ ਤੋਂ ਕੰਸੈਂਟ ਲਏ ਜਾਂਦੇ ਆ ਵੀ ਕੱਲ੍ਹ ਨੂੰ ਜੇ ਦੁਬਾਰਾ ਆਹ ਗੋਲੀ ਸ਼ੁਰੂ ਕਰੂਗਾ ਜਾਂ ਚਿੱਟਾ ਲਾਊਗਾ ਤਾਂ ਇਹ ਬਹੁਤ ਜ਼ਿਆਦਾ ਬਿਮਾਰ ਪੈ ਸਕਦਾ, ਐਮਰਜੈਂਸੀ 'ਚ ਘਾਤਕ ਹੋ ਸਕਦਾ ਇਹਦੇ ਲਈ ਅਤੇ ਐਮਰਜੈਂਸੀ 'ਚ ਵੀ ਦਾਖਲ ਹੋਣ ਦੀ ਨੌਬਤ ਆ ਸਕਦੀ। ਸੋ ਮਰੀਜ਼ ਤੋਂ ਪਹਿਲਾਂ ਸਾਈਨ ਕਰਾਏ ਜਾਂਦੇ, ਉਹਦੇ ਘਰਦਿਆਂ ਦੇ ਕੰਸੈਂਟ ਲਏ ਜਾਂਦੇ, ਉਸ ਤੋਂ ਬਾਅਦ ਅਖੀਰ 'ਤੇ ਐਂਡ 'ਤੇ ਆਹ ਟ੍ਰੀਟਮੈਂਟ ਦੇਣਾ ਹੁੰਦਾ। ਹਾਂਜੀ ਅੱਛਾ, ਇਸ ਦੀ ਕਿਸੇ ਤਰ੍ਹਾਂ ਦੀ ਮਤਲਬ ਫੀਸ ਹੁੰਦੀ ਹੈ ਇਸ ਦੀ, ਜਿਵੇਂ ਗੌਰਮੈਂਟ ਇਹ ਸ਼ਾਇਦ ਇਹ ਮਿਲਦੀ ਤਾਂ ਅਗਲੇ ਸਰਕਾਰੀ ਹਸਪਤਾਲਾਂ ਦੇ ਵਿੱਚੋਂ ਹੋਰ ਆਸੇ ਪਾਸੇ ਤੋਂ ਕਿਤੋਂ ਨਹੀਂ ਮਿਲ ਨਹੀਂ ਸਕਦੀ, ਕੋਈ ਮੈਡੀਕਲ 'ਚ ਕਿਤੋਂ ਨਹੀਂ ਮਿਲਦੀ ਨਾ? ਬਿਲਕੁਲ ਨਹੀਂ, ਇਹਦੀ ਕੋਈ ਫੀਸ ਨਹੀਂ ਹੁੰਦੀ ਜੀ, ਇਹ ਟੋਟਲੀ ਟ੍ਰੀਟਮੈਂਟ ਜਿਹੜਾ ਫ੍ਰੀ ਹੁੰਦਾ, ਇਹਦੀ ਕੋਈ ਫੀਸ ਨਹੀਂ, ਮੁਫਤ ਹੁੰਦਾ ਟ੍ਰੀਟਮੈਂਟ। ਅੱਛਾ, ਇੱਕ ਗੱਲ ਹੋਰ ਆ, ਜਿਹੜੇ ਨਸ਼ਾ ਛੱਡਦੇ ਉਹਨਾਂ ਵੱਲੋਂ ਇੱਕ ਇਹ ਵੀ ਸ਼ਿਕਾਇਤ ਆਉਂਦੀ ਹੈ ਕਿ ਭਾਈ ਸਾਨੂੰ ਹੁਣ ਜਿਹੜੀਆਂ ਗੋਲੀਆਂ ਨੇ ਉਹ ਮਿਲ ਨਹੀਂ ਰਹੀਆਂ, ਜੀਭ ਥੱਲੇ ਰੱਖਣ ਵਾਲੀ ਗੋਲੀ ਜਿਹੜੀ ਆ ਉਹ ਮਿਲ ਨਹੀਂ ਰਹੀ, ਇਹ ਕਿਉਂ? ਨਹੀਂ, ਇਹ ਪਹਿਲਾਂ ਥੋੜ੍ਹੀ ਪ੍ਰੋਬਲਮ ਸੀਗੀ, ਪਹਿਲਾਂ ਜ਼ਿਆਦਾ ਵੱਡੇ ਹੋਸਪਿਟਲਾਂ 'ਚ ਹੀ ਸੀਗਾ ਇਹ ਸੈਂਟਰ, ਪਰ ਹੁਣ ਸਰਕਾਰ ਨੇ ਕੀ ਕੀਤਾ, ਹੁਣ ਜਿੰਨੇ ਵੀ ਪ੍ਰਾਇਮਰੀ ਹੈਲਥ ਸੈਂਟਰ ਆ ਉਹਨਾਂ 'ਚ ਵੀ ਹੁਣ ਆ ਬਸ ਇੱਕ ਦੋ ਦਿਨਾਂ ਤੱਕ ਸ਼ੁਰੂ ਹੋ ਜਾਣਾ, ਮਤਲਬ ਓਟ ਸੈਂਟਰ ਬਣਾ ਦਿੱਤੇ ਗਏ ਆ, ਸਾਨੂੰ ਵੀ ਟ੍ਰੇਨਿੰਗ ਦੇ ਦਿੱਤੀ ਗਈ ਆ, ਸੋ ਹੁਣ ਇਹ ਨੌਬਤ ਖਤਮ ਹੋ ਜਾਣੀ ਆ, ਹੁਣ ਕੋਈ ਵੀ ਮਤਲਬ ਆਪਦੇ ਨੇੜਲੇ ਸਿਹਤ ਕੇਂਦਰ 'ਚੋਂ ਆਪਦਾ ਟ੍ਰੀਟਮੈਂਟ ਸ਼ੁਰੂ ਕਰ ਸਕਦਾ ਹੈ। ਹਾਂਜੀ, ਸੋ ਡਾਕਟਰ ਸਾਹਿਬ ਸਾਡੇ ਸਰੋਤਿਆਂ ਦੇ ਲਈ ਸੁਨੇਹਾ ਆਖਰੀ ਵਾਰੀ ਕੀ ਰਹੂਗਾ ਜਾਂਦੇ ਜਾਂਦੇ? ਸਾਰੇ ਸਰੋਤਿਆਂ ਨੂੰ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਅਤੇ ਸੁਨੇਹਾ ਇਹੀ ਆ ਵੀ ਪਹਿਲਾਂ ਤਾਂ ਵਾਹਿਗੁਰੂ ਅੱਗੇ ਦੁਆ ਕਰਦੇ ਹਾਂ, ਉਸ ਪਰਮਾਤਮਾ ਅੱਗੇ ਵਾਹਿਗੁਰੂ ਅੱਗੇ ਅਰਦਾਸ ਆ ਵੀ ਪੰਜਾਬ ਜਲਦ ਤੋਂ ਜਲਦ ਮੁਕਤ ਹੋਵੇ ਚਿੱਟੇ ਦੀ ਜਿਹੜੀ ਦਲਦਲ 'ਚ ਫਸਿਆ, ਹੈ ਨਾ, ਬੜੇ ਘਰ ਉਜਾੜ ਦਿੱਤੇ ਇਸ ਚਿੱਟੇ ਨੇ, ਹੈ ਨਾ, ਅਤੇ ਸੋ ਸਾਰੇ ਡਾਕਟਰ ਵੀ ਬੜੇ ਮਤਲਬ ਉਹਦੇ 'ਚ ਲੱਗੇ ਹੋਏ ਆ, ਇਸ ਚੀਜ਼ ਨੂੰ ਖਤਮ ਕਰਨ ਲਈ ਬੜੀ ਜੱਦੋ ਜਹਿਦ ਬੜੀ ਮਿਹਨਤ ਕਰ ਰਹੇ ਆ, ਸੋ ਉਮੀਦ ਆ ਵੀ ਬੜੀ ਜਲਦੀ ਇਹ ਦਲਦਲ 'ਚੋਂ ਬਾਹਰ ਕੱਢਿਆ ਜਾਊਗਾ ਪੰਜਾਬ ਨੂੰ, ਅਤੇ ਬਾਕੀ ਸਾਰੇ ਲੋਕਾਂ ਨੂੰ ਇਹੀ ਰਿਕੁਐਸਟ ਹੈਗੀ ਆ, ਇਹੀ ਬੇਨਤੀ ਆ ਵੀ ਆ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਕਿਉਂਕਿ ਦੇਖੋ ਲੋਕਾਂ 'ਚ ਕਈਆਂ 'ਚ ਗਲਤ ਧਾਰਨਾ, ਉਹ ਦਵਾਈ ਨਹੀਂ ਲੈਂਦੇ, ਇਹ ਪੁੰਨ ਦਾ ਕੰਮ ਹੀ ਆ ਜੇ ਤੁਸੀਂ ਇਹ ਜਾਣਕਾਰੀ ਵੱਧ ਤੋਂ ਵੱਧ ਜਿੰਨੀ ਵੀ ਪੰਜਾਬ 'ਚ ਫੈਲ ਸਕਦੀ, ਹੈ ਨਾ, ਫੈਲੇ। ਸੋ ਮੈਂ ਤਾਂ ਹੀ ਇਹ ਇਨੀਸ਼ੀਏਟਿਵ ਲਿਆ, ਸਟੈਪ ਚੱਕਿਆ ਵੀ ਇਹਦੇ ਬਾਰੇ ਥੋੜ੍ਹੀ ਜਾਗਰੂਕ ਕੀਤਾ ਜਾਵੇ, ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇ। ਡਾਕਟਰ ਸਾਹਿਬ, ਤੁਸੀਂ ਕੀਮਤੀ ਸਮੇਂ 'ਚ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਹਾਂਜੀ, ਧੰਨਵਾਦ। ਸੋ ਮੇਰੇ ਨਾਲ ਡਾਕਟਰ ਹਰਮਨ ਹੋ ਰਹੀ ਸੀ, ਕਿਉਂਕਿ ਅਸੀਂ ਅਕਸਰ ਸੁਣਦੇ ਹਾਂ ਕਿ ਭਾਈ ਜਿਹੜੀ ਜੀਭ ਥੱਲੇ ਰੱਖਣ ਵਾਲੀ ਦਵਾਈ ਆ ਤਾਂ ਉਹ ਜਿਹੜੀ ਹੈਗੀ ਆ ਇੱਕ ਨਸ਼ੇ ਤੋਂ ਛੱਡ ਕੇ ਅਸੀਂ ਦੂਜੇ ਨਸ਼ੇ 'ਤੇ ਲੱਗ ਜਾਂਦੇ ਹਾਂ, ਅਤੇ ਉਸ ਤੋਂ ਬਾਅਦ ਇਹ ਦਵਾਈ ਜਿਹੜੀ ਆ, ਇਹ ਗੋਲੀ ਜਿਹੜੀ ਆ, ਖਾਸ ਗੱਲ ਇਹ ਛੱਡਣੀ ਵੀ ਬੜੀ ਔਖੀ ਆ, ਛੱਡੀ ਵੀ ਨਹੀਂ ਜਾਂਦੀ। ਇਹ ਗੱਲਾਂ ਅਸੀਂ ਅਕਸਰ ਸੁਣਦੇ ਹਾਂ, ਤਾਂ ਸੋਚਿਆ ਇਹ ਜਿਹੜੀਆਂ ਵੀ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਆ, ਨੌਜਵਾਨਾਂ ਦੇ ਮਨਾਂ ਦੇ ਵਿੱਚ ਸਵਾਲ ਆ, ਖਾਸ ਕਰ ਜਿਹੜੇ ਨਸ਼ੇ ਦੀ ਦਲਦਲ ਦੇ ਵਿੱਚ ਫਸੇ ਹੋਏ ਆ ਉਹਨਾਂ ਦੇ ਮਨਾਂ ਦੇ ਵਿੱਚ ਸਵਾਲ ਆ, ਉਹਨਾਂ ਨੂੰ ਕਲੀਅਰ ਜ਼ਰੂਰ ਕੀਤਾ ਜਾਵੇ, ਤਾਂ ਡਾਕਟਰ ਹਰਮਨ ਤੱਕ ਅਸੀਂ ਪਹੁੰਚ ਕੀਤੀ ਆ। ਉਮੀਦ ਕਰਦੇ ਹਾਂ ਕਿ ਸਾਰੇ ਸਵਾਲਾਂ ਦੇ ਜਵਾਬ ਜਿਹੜਾ ਤੁਹਾਨੂੰ ਮਿਲ ਗਏ ਹੋਣਗੇ, ਫਿਰ ਵੀ ਤੁਹਾਡਾ ਕਿਸੇ ਤਰ੍ਹਾਂ ਦਾ ਸਵਾਲ ਆ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ, ਅਸੀਂ ਕੋਸ਼ਿਸ਼ ਕਰਾਂਗੇ ਅਗਲੀ ਇੰਟਰਵਿਊ ਦੇ ਵਿੱਚ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ। ਦੇਖਦੇ ਰਹੋ RMB ਟੈਲੀਵਿਜ਼ਨ, ਹੁਣ ਆਪਣੇ ਦੋਸਤ ਜਸ ਕਰੇ ਬਾਉਂਦੇ ਹੋ ਜਾਂ, ਧੰਨਵਾਦ ਜੀ।